ਸਤਿ ਸ਼੍ਰੀ ਅਕਾਲ ਜੀ, ਤਾਜ ਫੈਸ਼ਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤਾਜ ਫੈਸ਼ਨ ਜੋ ਕਿ ਤੁਹਾਨੂੰ ਪਤਾ ਮੇਰੀ ਬੁਟੀਕ ਐਂਡ ਸਟੋਰ ਲੱਦੇ ਵਾਲੀ ਜਲੰਧਰ 'ਚ ਹੈ। ਅੱਜ ਮੈਂ ਤੁਹਾਨੂੰ ਬਹੁਤ ਸੋਹਣੇ ਸੋਹਣੇ ਜਿਹੜੇ ਕਿ ਅਸੀਂ ਸੂਟ ਤਿਆਰ ਕੀਤੇ, ਮੈਂ ਤੁਹਾਨੂੰ ਥੋੜ੍ਹਾ ਜਿਹਾ ਉਹਨਾਂ ਦੇ ਪੈਟਰਨ ਦਿਖਾ ਰਹੀ ਹਾਂ। ਜਿੱਦਾਂ ਕਿ ਸਭ ਤੋਂ ਪਹਿਲਾਂ ਤੁਸੀਂ ਸੂਟ ਦੇਖ ਸਕਦੇ ਹੋ, ਜੋਰਜੱਟ ਦੇ ਉੱਤੇ ਜੋ ਕਿ ਮੈਂ ਡਿਜੀਟਲ ਪ੍ਰਿੰਟਿੰਗ ਤੁਹਾਨੂੰ ਸੂਟ ਦਿਖਾਏ ਸੀ, ਉਹ ਅਸੀਂ ਸੂਟ ਸਟਿਚ ਕੀਤੇ ਹਨ। ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸਿੰਪਲ ਜਿਹਾ ਸੂਟ ਹੈ, ਕੁਛ ਜ਼ਿਆਦਾ ਨਹੀਂ ਹੈਗਾ, ਬਟ ਫਿਰ ਵੀ ਇਹਦੇ ਜਿੱਦਾਂ ਅਸੀਂ ਪੋਟਲੀ ਬਟਨ ਬਣਾ ਦਿੱਤੇ ਨੇ, ਠੀਕ ਹੈ ਜੀ, ਸੇਮ ਇਹਦੇ ਨਾਲ ਦੀ ਪਾਈਪਿੰਗ ਲਗਾਈ ਹੋਈ ਹੈ। ਸਿੰਪਲ ਸੂਟ ਬਣਿਆ, ਬਹੁਤ ਪਿਆਰਾ, ਵਿਦ ਸਲਵਾਰ। ਅਤੇ ਇਹਦੇ ਨਾਲ ਜਿਹੜਾ ਅਸੀਂ ਦੁਪੱਟਾ ਡਾਈ ਕੀਤਾ ਚਿਨੋਨ ਸ਼ਿਫੋਨ ਦੇ ਵਿੱਚ, ਅਸੀਂ ਇਹਦੇ ਨਾਲ ਦੁਪੱਟਾ ਡਾਈ ਕੀਤਾ ਹੈ ਟਾਇਆਨ ਡਾਈ ਦਾ, ਬਹੁਤ ਸੋਹਣੇ ਕਲਰ ਵਿੱਚ ਐਡ ਕੀਤੇ ਨੇ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਡਿਜ਼ਾਇਨ ਇਹਦੇ ਵਿੱਚ ਬਣਿਆ ਹੋਇਆ, ਜਿਹੜੇ ਜਿਹੜੇ ਕਲਰ ਦੇ ਵਿੱਚ ਉਹੀ ਕਲਰ ਅਸੀਂ ਦੁਪੱਟੇ ਦੇ ਵਿੱਚ ਪਾਤੇ। ਦੇਖੋ ਕਿੰਨੀ ਪਿਆਰੀ ਚੀਜ਼ ਬਣੀ ਹੈ, ਬੇਸ ਅਸੀਂ ਸੇਮ ਰੱਖਿਆ, ਬਾਕੀ ਜਿਹੜੇ ਫਲਾਵਰ ਨੇ, ਸੋਰੀ ਰੋਜ਼ਿਸ ਨੇ, ਉਹ ਸਾਰੇ ਇਹ ਵੇਲੇ ਕਲਰ ਵਿੱਚ ਅਸੀਂ ਇੱਦਾਂ ਕਰਕੇ ਟਾਇਆਨ ਡਾਈ ਦਾ ਇਫੈਕਟ ਦੇ ਦਿੱਤਾ ਹੈ। ਇੱਦਾਂ ਦੇ ਸੂਟ ਅਗਰ ਤੁਸੀਂ ਵੀ ਬਣਵਾਉਣਾ ਚਾਹੁੰਦੇ ਹੋ 9464338593 'ਤੇ ਮੈਨੂੰ ਕੰਟੈਕਟ ਕਰ ਸਕਦੇ ਹੋ, ਠੀਕ ਹੈ। ਮੈਂ ਤੁਹਾਨੂੰ ਅੱਜ ਥੋੜ੍ਹੇ ਜਿਹੇ ਬਸ ਪੈਟਰਨ ਹੀ ਸਾਰੇ ਦਿਖਾਵਾਂਗੀ। ਤੁਸੀਂ ਮੇਰੀ ਪਿਛਲੀ ਵੀਡੀਓ ਦੇਖ ਸਕਦੇ ਹੋ, ਜਿਹਦੇ ਵਿੱਚ ਤੁਹਾਨੂੰ ਮੈਂ ਜੋਰਜੱਟ ਦੇ ਪ੍ਰਿੰਟ ਸੂਟ ਦਿਖਾਇਆ, ਪ੍ਰਿੰਟ ਖਾਨਾ ਵਾਲੇ ਸੂਟ ਦਿਖਾਏ, ਉਹਦੇ ਵਿੱਚ ਹੀ ਚੀਜ਼ਾਂ ਤਿਆਰ ਹੋਈਆਂ ਨੇ। ਜਿੱਦਾਂ ਕਿ ਇੱਕ ਅਸੀਂ ਫਰੋਕ ਦਾ ਡਿਜ਼ਾਇਨ ਤਿਆਰ ਕੀਤਾ ਹੈ, ਬਹੁਤ ਹੀ ਸੋਹਣੀ, 5 ਮੀਟਰ ਘੇਰ ਦੇ ਵਿੱਚ ਪੂਰੀ ਫਰੋਕ ਬਣੀ ਹੈ, ਬਹੁਤ ਸੋਹਣੀ। ਕਲੀਆਂ ਦੇਖ ਸਕਦੇ ਹੋ ਕਿੰਨੀਆਂ ਪਿਆਰੀਆਂ ਨੇ, ਡਿਜੀਟਲ ਪ੍ਰਿੰਟਿੰਗ ਹੈ, ਸਕੁਏਅਰ ਨੈੱਕ ਹੈ ਬਿਲਕੁਲ ਇਹਦਾ, ਬਾਜੂ ਵੀ ਜਿਹੜੀ ਅੱਗੇ ਸਲੀਵਸ ਹੈ ਚੂੜੀ ਪਏਗੀ ਇੱਥੇ ਪੂਰੀ, ਠੀਕ ਹੈ ਜੀ। ਅਤੇ ਬੈਕ ਜਿਹੜੀ ਬਣੀ ਹੈ ਉਹਦੇ ਉੱਤੇ ਅਸੀਂ ਇਹਦਾ ਟੈਸਲਸ ਬਣਾਤੇ ਨੇ ਸੇਮ ਫੈਬਰਿਕ ਦੇ, ਠੀਕ ਹੈ ਜੀ। ਇਹਦੇ ਨਾਲ ਕਸਟਮਰ ਦੀ ਡਿਮਾਂਡ ਸੀ ਕਿ ਉਹਨਾਂ ਨੂੰ ਲਾਈਕਰਾ ਦੀ ਪਜਾਮੀ ਚਾਹੀਦੀ ਸੀ, ਇਹਦੇ ਨਾਲ ਅਸੀਂ ਸਟ੍ਰੈਚੇਬਲ ਲਾਈਕਰਾ ਦੀ ਪਜਾਮੀ ਦੇਤੀ ਹੈ। ਤੁਹਾਨੂੰ ਪਤਾ ਸਾਡੀ ਜਿਹੜੀ ਲਾਈਕਰਾ ਹੁੰਦੀ ਹੈ ਹਮੇਸ਼ਾ ਦੋਨੋਂ ਸਾਈਡ ਤੋਂ ਸਟ੍ਰੈਚ ਹੁੰਦੀ, ਬਹੁਤ ਸੋਹਣਾ ਫੈਬਰਿਕ ਹੁੰਦਾ ਹੈ, ਬਹੁਤ ਹੀ ਕੰਫਰਟੇਬਲ ਹੁੰਦਾ ਹੈ, ਹਰ ਮਤਲਬ ਕਿ ਜਿੱਦਾਂ ਕਿ ਭਾਰਾ ਸਾਈਜ਼ ਪਤਲਾ ਸਾਈਜ਼ ਸਾਰੇ ਨੂੰ ਵੇਅਰ ਕਰਨਗੇ, ਬਹੁਤ ਸੋਹਣੀ ਚੀਜ਼ ਲੱਗਦੀ ਹੈ। ਸੇਮ ਹੀ ਇਹਦੇ ਨਾਲ ਅਸੀਂ ਦੁਪੱਟਾ ਜੋਰਜੱਟ ਦਾ ਹੀ ਰੈਡੀ ਕੀਤਾ, ਵਿਦ ਸੇਮ ਲੈਸ ਵਰਕ ਕਰ ਦਿੱਤਾ ਨਾਲ, ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ। ਫਰੋਕ ਦੇ ਨੀਚੇ ਪੀਕੋ ਕਿਹਾ ਸੀ, ਫਰੋਕ ਦੇ ਨੀਚੇ ਅਸੀਂ ਪੀਕੋ ਦਾ ਡਿਜ਼ਾਇਨ ਦੇ ਦਿੱਤਾ, ਪੀਕੋ ਕਰ ਦਿੱਤੀ ਹੈ। ਇੱਦਾਂ ਦੇ ਸੂਟ ਤੁਸੀਂ ਜਿੱਦਾਂ ਦੇ ਮਰਜ਼ੀ ਹਰ ਇੱਕ ਜਿੱਦਾਂ ਡਿਜ਼ਾਇਨ ਦੇ ਵਿੱਚ ਤੁਸੀਂ ਤਿਆਰ ਕਰਵਾ ਸਕਦੇ ਹੋ। ਜਿੱਦਾਂ ਮੈਂ ਪਹਿਲਾਂ ਤੁਹਾਨੂੰ ਜੋਰਜੱਟ 'ਚ ਸਲਵਾਰ ਸੂਟ ਦਿਖਾਤਾ, ਦੂਸਰਾ ਤੁਹਾਨੂੰ ਮੈਂ ਦਿਖਾਤਾ ਹੁਣ ਫਰੋਕ ਵਾਲਾ ਸੂਟ। ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਤੁਸੀਂ ਜਿਹੜੀਆਂ ਮਰਜ਼ੀ ਚੀਜ਼ਾਂ ਜਿਹੜੇ ਮਰਜ਼ੀ ਫੈਬਰਿਕ ਦੇ ਉੱਤੇ ਤਿਆਰ ਕਰਵਾ ਸਕਦੇ ਹੋ। ਅਗਲਾ ਵੀ ਮੈਂ ਤੁਹਾਨੂੰ ਜਿਹੜਾ ਦਿਖਾਇਆ ਸੀ ਜੈਪੁਰੀ ਪ੍ਰਿੰਟ ਦੇ ਵਿੱਚ, ਦੇਖੋ ਇਹਦੇ ਵਿੱਚ ਜਿਹੜਾ ਸੀ ਜੈਪੁਰੀ ਪ੍ਰਿੰਟ ਦੇ ਵਿੱਚ ਜੋਰ ਜਿਹੜਾ ਫੈਬਰਿਕ ਸੀ, ਰੋਇਲ ਬਲੂ ਚੀਜ਼ ਹੈ, ਰੋਇਲ ਬਲੂ ਕਲਰ ਹੈ, ਦੇਖ ਸਕਦੇ ਹੋ। ਇਹ ਵੀ ਸਿੰਪਲ ਸੂਟ ਤਿਆਰ ਕੀਤਾ ਹੈ, ਵਾਈਟ ਲੇਸਿਸ ਦਾ ਕੰਮ ਕਰਕੇ, ਵਿਦ ਨੈਕ ਕੇ ਵੀ ਨੈਕ ਬਣਾ ਕੇ ਵਾਈਟ ਲੇਸਿਸ ਅਤੇ ਵੀ ਬਹੁਤ ਪਿਆਰੀ ਚੀਜ਼ ਬਣ ਗਈ ਹੈ। ਨਾਲ ਜਿਹੜੇ ਸਲੀਵਸ, ਥੋੜ੍ਹੀ ਜਿਹੀ ਅਸੀਂ ਖੁੱਲੀਆਂ ਸਲੀਵਸ ਰੱਖੀਆਂ ਨੇ, ਆਹ ਦੇਖੋ, ਠੀਕ ਹੈ। ਇੱਥੋਂ ਹਲਕੀ ਜਿਹੀ ਅੰਬਰੇਲਾ ਦੇ ਦਿੱਤੀ, ਜ਼ਿਆਦਾ ਹੈਵੀ ਨਹੀਂ ਕੀਤਾ ਹੈਗਾ ਕੰਮ। ਇਹਦੇ ਨਾਲ ਵੀ ਅਸੀਂ ਸਲਵਾਰ ਸੂਟ ਹੀ ਤਿਆਰ ਕੀਤਾ, ਬਹੁਤ ਹੀ ਸੋਹਣਾ, ਸੇਮ ਨਾਲ ਇਹਨਾਂ ਦੇ ਹੀ ਟੈਸਲਸ ਬਣਾਤੇ ਨੇ ਫੈਬਰਿਕ ਦੇ, ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ। ਦੁਪੱਟੇ ਇਹਨਾਂ ਦੇ ਤਿਆਰ ਹੋ ਰਹੇ ਨੇ। ਸੈਕਿੰਡ ਇਹਦੇ ਵਿੱਚ ਫਰੋਕ ਤਿਆਰ ਕੀਤੀ ਅਸੀਂ ਬਲੈਕ ਕਲਰ ਦੇ ਵਿੱਚ, ਠੀਕ ਹੈ ਜੀ। ਆਹ ਦੇਖੋ ਇਹਦਾ ਵੀ ਫਲੇਅਰ ਬਹੁਤ ਸੋਹਣਾ, ਲੇਸਿਸ ਦਾ ਕੰਮ ਨੀਚੇ ਹੋ ਗਿਆ, ਬਾਹਾਂ ਵੀ ਇੱਥੇ ਹਲਕੀ ਹਲਕੀ ਅੰਬਰੇਲਾ ਕੀਤੀਆਂ ਨੇ ਅਸੀਂ, ਠੀਕ ਹੈ ਜੀ। ਜਿਹੜਾ ਇਹਨਾਂ ਦਾ ਨੈੱਕ ਬਣਾਇਆ ਉਹ ਹੈਗਾ ਹੈ ਬੀਡਸ ਨਾਲ ਬਣਿਆ ਨੈੱਕ, ਠੀਕ ਹੈ। ਬਹੁਤ ਸੋਹਣੇ ਪਰਲਸ ਦੇ ਵਿੱਚ ਇੱਦਾਂ ਬੀਡਸ ਬਣਿਆ ਹੋਇਆ, ਸਕੁਏਅਰ ਇੱਦਾਂ ਨੈੱਕ ਆਉਣਾ ਹੈ ਵਾਲਾ ਪੂਰਾ। ਇੱਕ ਲੜਕੀ ਦੀ ਹੈਗੀ ਜਿੱਦਾਂ ਕਿ ਬਹੁਤ ਪਤਲਾ ਸਾਈਜ਼ ਹੈ, ਅਤੇ ਇਹ ਵਾਲੇ ਇਹਦੇ ਅਸੀਂ ਟੈਸਲਸ ਤਿਆਰ ਕਰ ਦਿੱਤੇ, ਠੀਕ ਹੈ ਜੀ। ਇਹਦੇ 'ਚ ਵੀ ਸਾਡੇ ਕੋਲ ਕਾਫੀ ਕਲਰ ਸੀ, ਤੁਸੀਂ ਸੂਟ ਦੇਖ ਸਕਦੇ ਹੋ, ਮੇਰੀ ਪਿਛਲੀ ਵੀਡੀਓ ਦੇਖ ਸਕਦੇ ਹੋ, ਉਹ 'ਚ ਕਾਫੀ ਕਲਰ ਇਹਦੇ ਵਿੱਚ ਵੀ ਹੈਗੇ ਨੇ, ਬਾਂਧਨੀ ਪ੍ਰਿੰਟ ਦੇ ਵਿੱਚ ਕਾਫੀ ਕਲਰ ਨੇ ਸਾਡੇ ਕੋਲ, ਤੁਸੀਂ ਜਿਹੜੀ ਮਰਜ਼ੀ ਚੀਜ਼ ਉਹ 'ਚ ਤਿਆਰ ਕਰਵਾ ਸਕਦੇ ਹੋ। ਇੱਕ ਦੋ ਅਸੀਂ ਸੂਟ ਤਿਆਰ ਕੀਤਾ ਹੈ ਆਪਣੇ ਜਿੱਦਾਂ ਮਸਲੀਨ ਦੇ ਵਿੱਚ ਜਿਹੜਾ ਤਿਆਰ ਹੋਇਆ, ਇੱਦਾਂ ਹੀ ਪ੍ਰਿੰਟ ਸੀ ਸਾਡੇ ਕੋਲ, ਜਿੱਦਾਂ ਇਹਦੇ ਨਾਲ ਵੀ ਅਸੀਂ ਲੈਸ ਵਰਕ ਦਾ ਕੰਮ ਕਰ ਦਿੱਤਾ ਹੈ, ਨੈੱਕ ਬਣ ਗਿਆ ਇੱਦਾਂ, ਦੇਖੋ, ਠੀਕ ਹੈ ਜੀ।
ਵਿਦ ਪੋਟਲੀ ਬਟਨ। ਬਹੁਤ ਸੋਹਣੀ ਚੀਜ਼ ਇੱਦਾਂ ਲੱਗਦੀ ਹੈ। ਸਿੰਪਲ ਤੋਂ ਸਿੰਪਲ ਚੀਜ਼ਾਂ ਨੂੰ ਵੀ ਤੁਸੀਂ ਲੈਸ ਵਰਕ ਜਾਂ ਐਮਬਰੋਇਡਰੀ ਜਾਂ ਜੋ ਵੀ ਤੁਹਾਡੀ ਇੱਛਾ ਹੈ ਤੁਸੀਂ ਕਰਵਾ ਕੇ ਬਹੁਤ ਸੋਹਣੀਆਂ ਚੀਜ਼ਾਂ ਤਿਆਰ ਕਰਵਾ ਸਕਦੇ ਹੋ। ਨਾਲ ਇਹਦੇ ਨਾਲ ਅਸੀਂ ਲੂਜ਼ ਪਲਾਜ਼ੋ ਤਿਆਰ ਕੀਤਾ ਹੈ, ਠੀਕ ਹੈ ਜੀ। ਇਹ ਮਸਲੀਨ ਦੇ ਵਿੱਚ ਹੈਗਾ। ਇਹਦੇ ਨਾਲ ਹੀ ਇੱਕ ਮਸਲੀਨ ਦਾ ਅਸੀਂ ਹੋਰ ਸੂਟ ਤਿਆਰ ਕੀਤਾ, ਉਹਦਾ ਅਸੀਂ ਜਿਹੜਾ ਬਣਾਇਆ ਕੋਲਰ ਵਾਲਾ ਨੈਕ ਤਿਆਰ ਹੋਇਆ, ਠੀਕ ਹੈ ਜੀ। ਬਹੁਤ ਹੀ ਸੋਹਣਾ, ਜਾਣੀ ਕਿ ਜਿੱਦਾਂ ਜਿੱਦਾਂ ਕਸਟਮਰ ਦੀ ਡਿਮਾਂਡ ਹੁੰਦੀ ਉਹ ਵਾਲੀ ਚੀਜ਼ਾਂ ਤਿਆਰ ਹੋ ਜਾਂਦੀਆਂ। ਇਹਦੇ ਨਾਲ ਵੀ ਅਸੀਂ ਅਮਰੇਲਾ ਬਾਜੂ ਬਣਾ ਦਿੱਤੀ ਹੈ, ਠੀਕ ਹੈ ਜੀ। ਇੱਦਾਂ ਦੇ ਮੈਂ ਤੁਹਾਨੂੰ ਸਾਡੇ ਸਟੋਰ 'ਤੇ ਮਤਲਬ ਕਿ ਸਾਡੀ ਬੁਟੀਕ 'ਤੇ ਇਹਦੀਆਂ ਚੀਜ਼ਾਂ ਤਿਆਰ ਹੁੰਦੀਆਂ ਹੀ ਰਹਿੰਦੀਆਂ ਨੇ। ਤੁਸੀਂ ਜਿੱਦਾਂ ਦੇ ਸੂਟ ਬਣਵਾਉਣਾ ਚਾਹੁੰਦੇ ਹੋ, ਪਾਉਣਾ ਚਾਹੁੰਦੇ ਹੋ, ਇਹ ਤੁਹਾਡੀ ਇੱਛਾ ਹੈਗੀ। ਮੈਂ ਤੁਹਾਨੂੰ ਥੋੜ੍ਹੇ ਜਿਹੇ ਹੋਰ ਪੈਟਰਨ ਦਿਖਾਉਂਦੀ, ਨਾਲ ਤੁਹਾਨੂੰ ਥੋੜ੍ਹੇ ਜਿਹੇ ਸੂਟ ਦਿਖਾਉਂਦੀ ਹਾਂ, ਠੀਕ ਹੈ ਜੀ। ਜਿੱਦਾਂ ਕਿ ਇੱਕ ਮੈਂ ਤੁਹਾਨੂੰ ਦਿਖਾਉਂਦੀ ਹਾਂ, ਇਹ ਵਾਲੇ ਸਾਡੇ ਕੋਲ ਥਾਨ ਆਏ ਨੇ, ਬਹੁਤ ਹੀ ਸੋਹਣੇ, ਦੇਖ ਸਕਦੇ ਹੋ। ਡਿਜੀਟਲ ਪ੍ਰਿੰਟਿੰਗ ਦੇਖੋ ਉਹਨਾਂ ਦੀ ਕਿੰਨੀ ਪਿਆਰੀ ਹੈ, ਠੀਕ ਹੈ ਜੀ। ਆਹ ਵਾਲੇ ਇਹਦੇ ਵਿੱਚ ਕਲਰ ਹੈਗੇ ਨੇ ਤਿੰਨ। ਸੂਟ ਦੀ ਪ੍ਰਾਈਜ਼ ਆਏਗੀ 1400, ਠੀਕ ਹੈ ਜੀ। 1400 ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲੇਗਾ। ਆਲ ਓਵਰ ਸੂਟ ਤੁਸੀਂ ਲੈ ਸਕਦੇ ਹੋ। ਫਸਟ ਕਲਰ ਆ ਗਿਆ, ਸੈਕਿੰਡ ਕਲਰ ਆ ਗਿਆ, ਅਤੇ ਤੀਸਰਾ ਦੇ ਵਿੱਚ ਕਲਰ ਆ ਵਾਲਾ ਆ ਗਿਆ। ਤਿੰਨ ਕਲਰ ਅਵੇਲੇਬਲ ਨੇ, ਤੁਸੀਂ ਇਹਨਾਂ ਲੈ ਸਕਦੇ ਹੋ। ਇਹ ਬ੍ਰਾਂਡ ਹੈਗਾ ਰਾਮਟੈਕਸ ਦਾ। ਇਹਦੇ 'ਚ ਜਿਹੜੇ ਅਸੀਂ ਹੁਣ ਸੂਟ ਤਿਆਰ ਕੀਤੇ ਮੈਂ ਤੁਹਾਨੂੰ ਉਹ ਦੱਸ ਦਿੰਦੀ ਹਾਂ, ਠੀਕ ਹੈ। ਇਹਦੇ ਨਾਲ ਹੀ ਮੈਂ ਤੁਹਾਨੂੰ ਹੋਰ ਇੱਕ ਪੈਟਰਨ ਦੱਸ ਦਿੰਦੀ। ਇੱਕ ਤਾਂ ਆਹ ਡਿਜ਼ਾਇਨ ਆਇਆ ਸਾਡੇ ਕੋਲ, ਇੱਕ ਆਇਆ ਟਾਈ ਐਂਡ ਡਾਈ ਦਾ, ਜਿੱਦਾਂ ਕਿ ਆਹ ਦੇਖੋ ਕਲਰ ਆਏ ਨੇ ਬਹੁਤ ਹੀ ਸੋਹਣੇ। ਇਹਦੇ ਵਿੱਚ ਹੀ ਸੈਕਿੰਡ ਕਲਰ ਆਹ ਵਾਲਾ ਹੈ। ਤੁਸੀਂ ਇੱਦਾਂ ਆਲ ਓਵਰ ਕੋਟ ਸੈਟਸ ਵੀ ਇਹਨਾਂ ਦੇ ਤਿਆਰ ਕਰਵਾ ਸਕਦੇ ਹੋ। ਫਰੋਕ ਸੂਟ ਬਣਾ ਲਓ, ਚਾਹੇ ਤੁਸੀਂ ਜੋ ਮਰਜ਼ੀ ਮੈਚਿੰਗ ਵੀ ਕਰ ਸਕਦੇ, ਤੁਹਾਡੀ ਆਪਣੀ ਇੱਛਾ। ਤੁਸੀਂ ਇਹਦੇ ਨਾਲ ਮੈਚਿੰਗ ਵੀ ਕਰ ਸਕਦੇ ਹੋ ਨੀਚੇ ਵਾਲੇ ਸੂਟਾਂ ਨਾਲ। ਇੱਕ ਕਲਰ ਆ ਵੀ, ਜਿੱਦਾਂ ਮੈਂ ਤੁਹਾਨੂੰ ਮੈਚਿੰਗ ਦਾ ਕਨਸੈਪਟ ਦੱਸਣੀ, ਤੁਸੀਂ ਮੈਚਿੰਗ ਕਿੱਦਾਂ ਕਰ ਸਕਦੇ ਹੋ। ਆਹ ਦੇਖੋ ਜਿੱਦਾਂ ਕਿ ਆਲ ਓਵਰ ਮੈਂ ਤੁਹਾਨੂੰ ਸੂਟ ਦਿਖਾ ਦਿੱਤੇ, ਠੀਕ ਹੈ। ਇਹਦੇ ਨਾਲ ਤੁਸੀਂ ਇਹਦੀ ਮੈਚਿੰਗ ਕਰ ਸਕਦੇ ਹੋ। ਬਹੁਤ ਹੀ ਸੋਹਣੀਆਂ ਚੀਜ਼ਾਂ ਬਣਦੀਆਂ। ਆਹ ਦੇਖੋ ਸਾਰੇ ਕਲਰ ਹੈਗੇ ਨਾ ਵਿੱਚ। ਸੈਕਿੰਡ ਕਲਰ ਆਹ ਵਾਲਾ ਆ ਗਿਆ, ਇਹਦੀ ਮੈਚਿੰਗ ਕਰ ਸਕਦੇ ਹੋ। ਤੀਸਰਾ ਜਿਹੜਾ ਤੁਹਾਨੂੰ ਦਿਖਾਇਆ ਆਹ ਵਾਲਾ ਕਲਰ, ਇੱਦਾਂ ਤੁਸੀਂ ਇਹਦੀ ਮੈਚਿੰਗ ਕਰ ਸਕਦੇ ਹੋ, ਠੀਕ ਹੈ ਜੀ। 1400 ਵਿੱਚ ਤੁਹਾਨੂੰ ਸੂਟ ਮਿਲ ਜਾਣਾ ਹੈ। 9464385993 'ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਠੀਕ ਹੈ ਜੀ, ਅਤੇ ਆਪਣੇ ਸੂਟਾਂ ਦੀ ਬੁਕਿੰਗ ਕਰਵਾ ਸਕਦੇ ਹੋ। ਹੁਣ ਆਹ ਜਿਹੜੇ ਮੈਂ ਸੂਟ ਇਹ ਤੁਹਾਨੂੰ ਇਹਨਾਂ ਦੇ ਪੈਟਰਨ ਦਿਖਾਉਂਦੀ ਕਿ ਅਸੀਂ ਕੀ ਤਿਆਰ ਕੀਤਾ ਇਹਨਾਂ ਦੇ ਵਿੱਚ। ਦੇਖੋ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾਉਂਦੀ ਹਾਂ, ਸਭ ਤੋਂ ਪਹਿਲਾਂ ਇੱਕ ਕੋਟ ਸੈਟ ਤਿਆਰ ਕੀਤਾ ਅਸੀਂ। ਆਹ ਦੇਖੋ ਇਹ ਸ਼ੋਰਟ ਹੈ, ਜ਼ਿਆਦਾ ਲੌਂਗ ਨਹੀਂ ਹੈਗਾ, ਠੀਕ ਹੈ ਜੀ। ਸੇਮ ਹੀ ਹਾਫ ਬਾਜੂ ਦਾ ਕੀਤਾ ਹੈ ਵਿਦ ਕੋਲਰ ਅਤੇ ਵਿਦ ਇਹਦੇ ਨਾਲ ਪਲਾਜ਼ੋ ਤਿਆਰ ਹੋਇਆ, ਠੀਕ ਹੈ ਜੀ। ਆਹ ਦੇਖੋ ਇਹ ਹੋ ਗਿਆ। ਇਹਦੇ ਨਾਲ ਹੀ ਇੱਕ ਜਿਹੜਾ ਅਸੀਂ ਸੈਕਿੰਡ ਪੈਟਰਨ ਤਿਆਰ ਕੀਤਾ, ਉਹ ਵੀ ਬਹੁਤ ਸੋਹਣਾ। ਉਹ ਅਸੀਂ ਦੋਨਾਂ ਦਾ ਜਿੱਦਾਂ ਮੈਚਿੰਗ, ਜਿੱਦਾਂ ਤੁਹਾਨੂੰ ਦੱਸਿਆ ਤੁਸੀਂ ਮੈਚਿੰਗ ਵੀ ਕਰ ਸਕਦੇ ਹੋ, ਉਹ ਵਾਲੀ ਚੀਜ਼ ਅਸੀਂ ਤਿਆਰ ਕੀਤੀ ਹੈ। ਬਹੁਤ ਸੋਹਣੀ ਚੀਜ਼ ਲੱਗਦੀ। ਏ ਲਾਈਨ ਅਸੀਂ ਬਣਾਤਾ ਇਹਨੂੰ, ਦੇਖੋ ਇਹ ਵਾਲਾ ਪ੍ਰਿੰਟ ਕਰਤਾ ਵਿੱਚ ਸਾਈਡਾਂ 'ਤੇ, ਵਿੱਚ ਜਿਹੜੀ ਹੈਗੀ ਹੈ ਡਿਜੀਟਲ ਜਿਹੜਾ ਟਾਈ ਐਂਡ ਡਾਈ ਦਾ ਹੈਗਾ ਉਹ ਕਰ ਦਿੱਤਾ ਹੈ। ਕੋਲਰ ਨੈੱਕ ਬਣਾਤਾ ਸੇਮ ਨੈੱਕ ਕੋਲਰ, ਠੀਕ ਹੈ ਜੀ। ਅਤੇ ਇਹਦੇ ਨਾਲ ਅਸੀਂ ਜਿਹੜੇ ਪੋਟਲੀ ਬਟਨ ਕਰ ਦਿੱਤੇ ਨੇ ਆਹ ਵਾਲੇ, ਠੀਕ ਹੈ ਜੀ। ਇਹਦਾ ਲੈਸ ਵਰਕ ਦਾ ਕੰਮ ਕਰਤਾ, ਕਲੀਆਂ ਪਾਤੀਆਂ ਲੈਸਿਸ ਨਾਲ। ਫਰੰਟ ਐਂਡ ਬੈਕ ਤੁਸੀਂ ਦੇਖ ਸਕਦੇ ਹੋ ਸੇਮ ਚੀਜ਼ ਹੈਗੀ ਹੈ। ਆਹ ਦੇਖੋ ਬੈਕ 'ਤੇ ਵੀ ਇੱਦਾਂ ਡਿਜ਼ਾਇਨਿੰਗ ਤੁਹਾਨੂੰ ਮਿਲ ਜਾਏਗੀ। ਬਹੁਤ ਹੀ ਸੋਹਣੀ ਚੀਜ਼ ਲੱਗਦੀ ਹੈ। ਅਗਰ ਇਹਦਾ ਪ੍ਰਾਈਜ਼ ਪੁੱਛਣਾ ਚਾਹੁੰਦੇ ਤੁਸੀਂ ਮੈਨੂੰ 9464385993 'ਤੇ ਕੰਟੈਕਟ ਕਰ ਸਕਦੇ ਹੋ। ਆਹ ਦੇਖੋ ਤੁਸੀਂ ਦੇਖ ਸਕਦੇ ਇਹਦੇ ਬਾਹਾਂ ਵਿੱਚ ਹਲਕੀ ਜਿਹੀ ਅੰਬਰੇਲਾ, ਬਹੁਤ ਜ਼ਿਆਦਾ ਨਹੀਂ ਬਣਾਈ, ਹਲਕੀ ਜਿਹੀ ਅੰਬਰੇਲਾ ਬਣਾਈ ਹੈ। ਜਿਹਦੇ ਇਹਦੇ ਨਾਲ ਪਲਾਜ਼ੋ ਤਿਆਰ ਕੀਤਾ ਹੈ, ਲੂਜ਼ ਪਲਾਜ਼ੋ ਤਿਆਰ ਹੋਇਆ ਇਹਦੇ ਨਾਲ 10 ਇੰਚ ਮੋਰੀ ਵਾਲਾ, ਉਹ ਆਵਲਾ ਤਿਆਰ ਕੀਤਾ, ਠੀਕ ਹੈ ਜੀ। ਇਹਦੇ ਨਾਲ ਹੀ ਬਹੁਤ ਸੋਹਣੀਆਂ ਚੀਜ਼ਾਂ ਲੱਗਦੀਆਂ ਨੇ। ਅਗਰ ਤੁਸੀਂ ਵੀ ਇੱਦਾਂ ਦੀ ਚੀਜ਼ਾਂ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਇਸ ਤੋਂ ਇਲਾਵਾ ਮੈਂ ਤੁਹਾਨੂੰ ਸੂਟ ਦਿਖਾਉਂਦੀ ਹਾਂ ਜਿਹੜੇ ਅਸੀਂ ਬਣਾਏ ਸੀ, ਉਹਦੇ ਵਿੱਚ ਮੈਂ ਸਟੇਟਸ 'ਚ ਵੀ ਪਾਇਆ ਸੀ। ਇਹ ਹੈਗਾ ਚਿਕਨਕਾਰੀ ਦਾ ਕੰਮ,
ਟਾਈ ਐਂਡ ਡਾਈ ਦੇ ਵਿੱਚ, ਠੀਕ ਹੈ ਜੀ। ਇਹ ਹੈਗਾ 280 ਰੁਪਏ ਮੀਟਰ ਫੈਬਰਿਕ ਹੈਗਾ। ਇਹ ਫਸਟ ਕਲਰ ਆ ਗਿਆ ਫਿਰੋਜ਼ੀ ਦੇ ਨਾਲ ਹੈਗਾ, ਠੀਕ ਹੈ ਜੀ। ਤੁਸੀਂ ਇਹਨਾਂ ਦੇ ਵੀ ਕੋਟ ਸੈਟਸ ਬਣਾ ਲਓ, ਚਾਹੇ ਤੁਸੀਂ ਚਿਕਨ ਦੀਆਂ ਸਲਵਾਰਾਂ ਨਾਲ ਇਹ ਚੀਜ਼ਾਂ ਲੈ ਸਕਦੇ ਹੋ, ਬਹੁਤ ਸੋਹਣੀਆਂ ਚੀਜ਼ਾਂ ਲੱਗਦੀਆਂ, ਠੀਕ ਹੈ। ਇਹਦੇ ਵਿੱਚ ਸੈਕਿੰਡ ਕਲਰ ਆ ਗਿਆ ਗਾਜਰੀ ਦੇ ਨਾਲ, ਮਜੈਂਟਾ ਕਹਿ ਸਕਦੇ ਹੋ। ਅਤੇ ਤੀਸਰਾ ਆ ਗਿਆ ਇਹ 'ਚ ਜੈਲੋ ਕਲਰ, ਠੀਕ ਹੈ ਜੀ। ਇੱਕ ਜਿੱਦਾਂ ਮੈਂ ਹੋਰ ਇਹਨਾਂ 'ਚ ਡਿਜੀਟਲ ਪ੍ਰਿੰਟਿੰਗ ਵੀ ਸਾਡੇ ਕੋਲ ਹੈਗੀ ਹੈ। ਆਹ ਦੇਖੋ, ਇਹਦੇ ਨਾਲ ਵੀ ਤੁਸੀਂ ਜਿੱਦਾਂ ਆਹ ਮੈਚਿੰਗ ਕਰ ਸਕਦੇ ਹੋ, ਜਾਂ ਇਹਨਾਂ ਨਾਲ ਤੁਸੀਂ ਆਪਣੇ ਚਿਕਨ ਦੀਆਂ ਸਲਵਾਰਾਂ ਲੈ ਸਕਦੇ ਹੋ, ਉਹ ਵੀ ਸਾਡੇ ਕੋਲ ਹੈਗੀਆਂ ਨੇ। ਮੈਂ ਤੁਹਾਨੂੰ ਉਸ ਨੈਕਸਟ ਵੀਡੀਓ 'ਚ ਵੀ ਦਿਖਾ ਦਾਂਗੀ, ਔਲਰੇਡੀ ਮੈਂ ਦਿਖਾਈਆਂ ਵੀ ਹੋਈਆਂ। ਤੁਸੀਂ ਚਿਕਨ ਦੀਆਂ ਸਲਵਾਰਾਂ ਵੀ ਸਾਡੇ ਕੋਲ ਲੈ ਸਕਦੇ ਹੋ, ਇਹਨਾਂ ਨਾਲ ਪਲੇਨ ਸਲਵਾਰਾਂ ਵੀ ਬਣਾ ਸਕਦੇ ਹੋ। ਇਹਨਾਂ ਦੇ ਨੀਚੇ ਤੁਹਾਨੂੰ ਲਾਈਨਿੰਗ ਲਗਵਾਉਣੀ ਪਏਗੀ, ਕਿਉਂਕਿ ਇਹ ਥੋੜ੍ਹੇ ਥੋੜ੍ਹੇ ਵਿੱਚ ਜਿੱਦਾਂ ਸ਼ੇਕ ਹੈਗੇ ਨੇ ਆਦੇ ਚਿਕਨਕਾਰੀ ਦੇ। ਫਿਰ ਅਗਰ ਤੁਸੀਂ ਨੀਚੇ ਸਪੈਗਟੀ ਵਗੈਰਾ ਪਾ ਲੈਂਦੇ ਹੋ, ਅੰਡਰਸ਼ਰਟ ਪਾ ਲੈਂਦੇ, ਫਿਰ ਕੋਈ ਜ਼ਰੂਰਤ ਨਹੀਂ ਲਾਈਨਿੰਗ ਦੀ ਹੈਗੀ। ਸਿਰਫ ਇਹਦੇ ਕਰਕੇ ਤੁਹਾਨੂੰ ਲਾਈਨਿੰਗ ਲਗਾਉਣੀ ਪੈਣੀ, ਵੈਸੇ ਜ਼ਰੂਰੀ ਨਹੀਂ ਹੈਗਾ, ਠੀਕ ਹੈ ਜੀ। ਇਹ ਚਿਕਾ ਕਲਰ ਆ ਗਿਆ, ਸੈਕਿੰਡ ਇੰਚ ਕਲਰ ਆ ਗਿਆ, ਡਿਜ਼ਾਈਨ ਸੋਰੀ ਆ ਗਿਆ, ਆਹ ਵਾਲਾ ਪ੍ਰਿੰਟ ਵੀ ਬਹੁਤ ਸੋਹਣਾ ਹੈ। ਪ੍ਰਾਈਜ਼ ਇਹਨਾਂ ਦੀ ਹੈਗੀ 280 ਰੁਪਏ ਮੀਟਰ, ਠੀਕ ਹੈ ਜੀ। ਤੀਸਰਾ ਇੱਚ ਆਹ ਡਿਜ਼ਾਈਨ ਆ ਗਿਆ। ਲਾਸਟ ਬਟ ਨੋਟ ਲੀਸਟ, ਇਹ ਵਾਲਾ ਹੈਗਾ ਗ੍ਰੀਨ ਕਲਰ। ਇਹ ਸਾਰੇ ਇੱਚ ਇਸ ਵਕਤ ਸਾਡੇ ਕੋਲ ਅਵੇਲੇਬਲ, ਤੁਸੀਂ ਲੈ ਸਕਦੇ ਹੋ 9464338599 'ਤੇ ਸਾਨੂੰ ਕੰਟੈਕਟ ਕਰ ਸਕਦੇ ਹੋ। ਬਾਕੀ ਜਿੱਦਾਂ ਦੀ ਡਿਜ਼ਾਈਨਿੰਗ ਤੁਸੀਂ ਚਾਹੋਗੇ, ਅਸੀਂ ਉੱਦਾਂ ਦੀ ਡਿਜ਼ਾਈਨਿੰਗ ਤੁਹਾਨੂੰ ਤਿਆਰ ਕਰ ਦਾਂਗੇ। ਹਰ ਇੱਕ ਤਰ੍ਹਾਂ ਦੀ ਪ੍ਰਾਈਜ਼ ਪੁੱਛਣ ਲਈ ਜਾਂ ਕੁਝ ਹੋਰ ਮੈਸੇਜ ਕਰਨ ਲਈ ਮੈਨੂੰ ਤੁਸੀਂ 9464385993 'ਤੇ ਕੰਟੈਕਟ ਕਰ ਸਕਦੇ ਹੋ। ਇੰਸਟਾਗ੍ਰਾਮ ਪੇਜ ਨੂੰ ਦੇਖਣ ਲਈ ਤੁਸੀਂ ਤਾਜ ਬੁਟੀਕ ਜਲੰਧਰ ਅਤੇ ਸੁਰਮੇਦਾਨੀ 'ਤੇ ਕਰ ਸਕਦੇ ਹੋ। ਸਾਡੇ ਜਲੰਧਰ 'ਚ ਆਉਣਾ ਚਾਹੁੰਦੇ ਹੋ ਤੁਸੀਂ, ਲੱਦੇ ਵਾਲੇ 'ਚ ਜਲੰਧਰ 'ਚ ਸਾਡਾ ਬੁਟੀਕ ਹੈ, ਤੁਸੀਂ ਉੱਥੇ ਮੰਡੇ ਟੂ ਸੈਟਰਡੇ ਸਵੇਰੇ 10 ਤੋਂ ਸ਼ਾਮ ਦੇ 8 ਵਜੇ ਤੱਕ ਵਿਜ਼ਿਟ ਕਰ ਸਕਦੇ ਹੋ। ਦੁਪਹਿਰ ਟਾਈਮ ਬ੍ਰੇਕ ਟਾਈਮ ਹੁੰਦਾ ਹੈ। ਅੱਜ ਲਈ ਇੰਨਾ ਹੀ, ਸਤਿ ਸ਼੍ਰੀ ਅਕਾਲ।